ਸਭ ਕੀ ਕਾਂਡੇ ਆ ਕੁਝ ਨਹੀਂ ਮੈਂ ਫੋਨ ਚਲਾਉਣ ਦੀ ਇਹ ਕਿਹਦੀਆਂ ਫੋਟੋਆਂ ਵਾ ਦਿਖਾ ਮੈਨੂੰ ਵੀ ਇਸੇ ਵੱਡੇ ਪਾਰਟੀ ਦੇ ਵੇਖਣ ਦੀ ਆ ਹਾਂਜੀ ਬੜੀਆਂ ਸੋਹਣੀਆਂ ਆਈਆਂ ਫੋਟੋਆਂ ਹਾਂਜੀ ਹਾਲ ਸੋਹਣੀਆਂ ਆਈਆਂ ਕੰਦੇ ਮੰਦੇ ਹੱਥ ਲਾ ਦੇ ਮੇਰੇ ਫੋਨ ਬਿਨਾ ਪੁੱਛਿਆ ਫੜ ਲੈਂਦੇ ਚੀਜ਼ ਮੰਮੀ ਜੀ ਹਾਂ ਪ੍ਰਭ ਕੀ ਹੋਇਆ ਮੰਮੀ ਮੈਨੂੰ ਚਾਦਰ ਦੋ ਮੈਂ ਚਾਦਰ ਬਦਲਣੀ ਆ ਚਾਦਰ ਦੇ ਜੇ ਸਵੇਰੇ ਵਸਾਈ ਤਾਂ ਹੁਣ ਕੀ ਹੋ ਗਿਆ ਚਾਦਰ ਨੂੰ ਉਹ ਬਿਨਾ ਪੁੱਛਿਆ ਆਣ ਕੇ ਚਾਚੀ ਬਹਿ ਜਾਂਦੇ ਤੇ ਚਾਚੀ ਕੀ ਗੱਲ ਬਗਾਨੀ ਆ ਚਾਚੀ ਦੀ ਆਪਣੀ ਆ ਨਾ ਐਵੇਂ ਗੁੰਦੀ ਕਰਤੀ ਚਾਦਰ ਮੇਰੀ ਤੂੰ ਜ਼ਿਆਦਾ ਨਾ ਬਣਿਆ ਕਰ ਚੰਗਾ ਉਹ ਆਪਣੀ ਆ ਕਿੰਨੀ ਵਾਰ ਕਿਹਾ ਮੇਰੀਆਂ ਚੀਜ਼ਾਂ ਨਾ ਵਰਤਿਆ ਕਰੋ ਵੀ ਇਹ ਕੁੜੀ ਦਾ ਕੋਹ ਨਹੀਂ ਹਾਲ ਸੁੱਖ ਤੈਨੂੰ ਕਿਨੇ ਭਾਲਿਆ ਇੱਥੇ ਚੱਲ ਉੱਤਰ ਥੱਲੇ ਗੰਦੇ ਮੰਦੇ ਪੈਰ ਲੈ ਕੇ ਚੜ ਜਾਂਦੇ ਮੇਰੀ ਚਾਦਰ ਤੇ ਕੀ ਹੋਇਆ ਮੇਰੇ ਪੁੱਤ ਨੂੰ ਕੀ ਹੋਇਆ ਵਾ ਦੀਦੀ ਮੇਰੀ ਗੱਲ ਸੁਣ ਲਓ ਇਹਨੂੰ ਥੋੜਾ ਜਿਹਾ ਪ੍ਰਭ ਨੂੰ ਨਾ ਸੁਧਾਰ ਲਓ ਕੀ ਹੋਇਆ ਉਹ ਕੁੜੀ ਵਿਚਾਰੀ ਬੈਠ ਤੇ ਬੈਠੀ ਤੇ ਉਹਨਾਂ ਦੇ ਗੰਦੇ ਪੈਰ ਤੇ ਥੱਲੇ ਉੱਤਰ ਜਾ ਉਹਨਾਂ ਦੀ ਰੋਣ ਢੀ ਆ ਉਹ ਕੀ ਹੋਇਆ ਸੁੱਖ ਚੱਲ ਪੁੱਛ ਨਹੀਂ ਆਈ ਨੂੰ ਮੈਂ ਆ ਚੱਲ ਚੁੱਪ ਕਰ ਪੁੱਤ ਨੂੰ ਬਹੁਤ ਹੀ ਵਿਗੜਦੀ ਜਾਂਦੀ ਇਹਨੂੰ ਥੋੜਾ ਜਿਹਾ ਨਾ ਕੰਟਰੋਲ ਚ ਰੱਖੋ ਸਹੀ ਬੋਏ ਮੈਂ ਪੁੱਛ ਲੈਣੀ ਕੋਈ ਗੱਲ ਨਹੀਂ ਹਾਂ ਪ੍ਰਭ ਕੀ ਹੋਇਆ ਵਾ ਹੈ ਜੇ ਤੇਰੀ ਚਾਦਰ ਤੇ ਸੁੱਖ ਵਿਆਹ ਹੀ ਗਈ ਤੇ ਤੂੰ ਉਹਨੂੰ ਥੱਲੇ ਲਾਤਾ ਵਾ ਤੂੰ ਹਾਰੇ ਬੋਵਾ ਮੈਨੂੰ ਗੁੱਲਾ ਖਵਾਇਆ ਕਰ ਜਨੇ ਖਣੇ ਕੋ ਚੰਗਾ ਲਾਂਬੜੇ ਨੇ ਤਾਦੇ ਕਰਨੀ ਆਪਣੇ ਵੀ ਲੈਪੇ ਕਰਨ ਰੱਬ ਮੈਂ ਜਿੰਨੀ ਤੇਰੀ ਸਪੋਰਟ ਕਰਦੀ ਆ ਤੂੰ ਉਹਨਾਂ ਵੀ ਗੜਦੀ ਜਾਂ ਨਹੀਂ ਆ ਠੀਕ ਹੋਣਾ ਇਹ ਕੰਮ ਨਹੀਂ ਚੱਲਣੇ ਤੇਰੇ ਰੱਬ ਕੀ ਹੋਇਆ ਤੈਨੂੰ ਬੜਾ ਮੂੰਹ ਬਣਾਇਆ ਵਾ ਕੀ ਹੋਇਆ ਤੈਨੂੰ ਕੁਝ ਨਹੀਂ ਹੋਇਆ ਰਾਤ ਲਈ ਕਿਤੇ ਘੁੰਮਣ ਫਿਰਨ ਮੈਂ ਨਹੀਂ ਜਾਣਾ ਕਿਤੇ ਵੀ ਕਿਉਂ ਨਹੀਂ ਆਣਾ ਉਹ ਗੱਲਾਂ ਬਾਤਾਂ ਤੇ ਹੁੰਦੀਆਂ ਰਹਿੰਦੀਆਂ ਇਹੋ ਜਿਹੀਆਂ ਨਿੱਕੀਆਂ ਮੋਟੀਆਂ ਆਜ ਲਈ ਘੁੰਮਣ ਆਪਾਂ ਜਾਂਦੇ ਆ ਮੈਂ ਨਹੀਂ ਜਾਣਾ ਹੈ ਅੱਲਾ ਯਾਰ ਮੈਂ ਹੀ ਚਾਰ ਹੋਵਾਂ ਰਿਹਾ ਆ ਤਿਆਰ ਹੋ ਜੀ ਮੰਮੀ ਜੀ ਹਾਂ ਕੱਪੜੇ ਕਿੱਥੇ ਜਾ ਮੈਨੂੰ ਦਿਓ ਕੱਪੜੇ ਕਿੱਥੇ ਚੱਲਿਆ ਤੂੰ ਮੈਂ ਇੱਥੇ ਚੱਲਿਆ ਘੁੰਮਣ ਕਿਤੇ ਨਹੀਂ ਜਾਣਾ ਬੈ ਜਾ ਇੱਥੇ ਕਿਤੇ ਨਾ ਚੱਲਿਆ ਨਾਲੇ ਤੂੰ ਮੈਂ ਪ੍ਰਭ ਨੇ ਚੱਲਿਆ ਨਹੀਂ ਜਾਣਾ ਤੂੰ ਇੱਥੇ ਬੈਰ ਮਾਰਨਾ ਕੀ ਹੋ ਗਿਆ ਜੀ ਨਹੀਂ ਜਾਣਾ ਉਹ ਸੁੱਖ ਨਾਲ ਨਹੀਂ ਵਿਆਹ ਚੰਗਾ ਕਰਦੀ ਤੇ ਤੇਰੇ ਨਾਲ ਕਰ ਲੂਗੀ ਤੈਨੂੰ ਮੈਂ ਕਹਿਤਾ ਨਾ ਨਹੀਂ ਜਾਣਾ ਤੇ ਬਸ ਨਹੀਂ ਜਾਣਾ ਠੀਕ ਆ ਨਾ ਰਮਾਨਾ ਘਰੇ ਬੈ ਰੱਬ ਕਿੱਥੇ ਚੱਲੀ ਹੈ ਹਰਮਨਾ ਚੱਲੀ ਜੀ ਘੁੰਮਣ ਹਰਮਨਾ ਕਿੱਥੇ ਰੈਸਟੋਰੈਂਟ ਚੱਲੀ ਆ ਕਿਹੜਾ ਡਰੈਸ ਪਾਇਆ ਨਾਲੇ ਆ ਕੀ ਕੀਤਾ ਨਾਲੇ ਆ ਕਮਰੇ ਦਾ ਕੀ ਹਾਲ ਬਣਾਇਆ ਵਾ ਮੰਮੀ ਕਿੱਥੇ ਆ ਮੰਮੀ ਮੰਮੀ ਹਾਂ ਨਾਨਾ ਆ ਕਿੱਥੇ ਚੱਲੀ ਨਾਲੇ ਇਹ ਨਹੀਂ ਮੇਰੀ ਮਨ ਦੀ ਸੁਣਦੀ ਇਹ ਹੁਣ ਫੇਰ ਤਿਆਰ ਹੋ ਕੇ ਅੱਜ ਅੱਜ ਮੰਮੀ ਉਹਦੀ ਸਵੇਰੇ ਮੇਰੇ ਨਾਲ ਲੜਤੀ ਗਈ ਆ ਠੀਕ ਹੋਇਆ ਫੇਰ ਤਿਆਰ ਹੋ ਗਏ ਤੇ ਫੇਰ ਤੁਰ ਪੈਣ ਲੱਗੀ ਉਹ ਮੁੰਡੇ ਨਾਲ ਤੂੰ ਕਿਤੇ ਨਹੀਂ ਜਾਣਾ ਠੀਕ ਆ ਤੈਨੂੰ ਮੈਂ ਇੱਕ ਵਾਰ ਕਹਿਤਾ ਤੇ ਆਪਣਾ ਐਡਰੈਸ ਚੇਂਜ ਕਰ ਕੋਈ ਵਧੀਆ ਜਿਹਾ ਐਡਰੈਸ ਪਾ ਆ ਕੀ ਪਾਇਆ ਨਾਲੇ ਤੂੰ ਰੱਬ ਚੱਲੀਏ ਯਾਰ ਉਹਨੇ ਨਹੀਂ ਕਿਤੇ ਵੀ ਜਾਣਾ ਹੈਗਾ ਕੀ ਹੋ ਗਿਆ ਭਾਜੀ ਕੁਝ ਨਹੀਂ ਹੋਇਆ ਵੀਰੇ ਜਾਣਾ ਯਾਰ ਤੇ ਤੂੰ ਜਾ ਪੱਲਾ ਚੱਲ ਜਾ ਜਿੱਥੇ ਵੀ ਜਾਣਾ ਹੈਗਾ ਫੇਰ ਆ ਗਿਆ ਮੈਂ ਤੈਨੂੰ ਅੱਗੇ ਕਿਹਾ ਵੀ ਨਹੀਂ ਜਾਣਾ ਤੂੰ ਕਿਤੇ ਵੀ ਕੀ ਹੋ ਗਿਆ ਮੰਮੀ ਕਿੰਨੀ ਵਾਰ ਦਿਨ ਮੈਂ ਕਹਿਤਾ ਵੀ ਨਹੀਂ ਜਾਣਾ ਤੂੰ ਫੇਰ ਆ ਜਾਣਾ ਵਾ ਕੀ ਹੋਇਆ ਅੱਜ ਮੈਨੂੰ ਦੱਸੋ ਗੱਲ ਹੋਈ ਕੀ ਆ ਖਲਾੜਾ ਖਲੂੜਾ ਕਾਹਤੋਂ ਪਾਇਆ ਗੱਲ ਕੀ ਹੋਈ ਆ ਇਹਨੇ ਨਹੀਂ ਪਤਾ ਨਹੀਂ ਪਰ ਆਪਣੇ ਤਾਰਿਆਂ ਦੇ ਨਹੀਂ ਤਾਰਿਆਂ ਨੇ ਉਹ ਗੱਲਾਂ ਕੀਤੀਆਂ ਜਿਹੜੀ ਕਹਿਣ ਦੀ ਗੱਲ ਤੇਰੀ ਮਾਂ ਨੇ ਤੈਨੂੰ ਕੁਝ ਵੀ ਦੱਸਣਾ ਮੈਂ ਦੱਸਦੀ ਤੈਨੂੰ ਹੋਇਆ ਕੀ ਆ ਦੱਸੋ ਦੱਸੋ ਕੀ ਹੋਇਆ ਕੀ ਆ ਇਹ ਤੇ ਨਾ ਥੋੜਾ ਜਿਹਾ ਕੰਟਰੋਲ ਕਰਿਆ ਕਰੋ ਇਹ ਤੇ ਕਿਸੇ ਨੂੰ ਕੋਈ ਸਮਝਦੀ ਨਹੀਂ ਆ ਵੱਡਾ ਕੌਣ ਨਿੱਕਾ ਕੌਣ ਵਾ
मेरे कपड़े अलग धो तो अपना समान नहीं वर्तन दी है पर ना कुछ नहीं होया ठीक है वो आ गई है ओदा मुंह गाली मम्मी इथे ना तुही भी गलत जे ते ए भी गलत जे ठीक है ना गलत नहीं है मेरी गल ते सुन लो ध्यान नाल मैं भी बड़ी बार देखया हां इन्नो नहीं बिगड़ना जड़ी निगीजी मोबाइल फड़ी फिरदी है यार ओ ते छोटी आ जे तू की पता वा ओ भी न्याणी है जे न्याणी ना ओ भी न्याणी है ओदी हुन समझण दी उम्र है थोड़ा समझे मम्मी ओदी साइड ना लिया करो तुही हमेशा ठीक है ना ओ भी साथ ओदा हमेशा दिंदा ਇਦਾਂ ਨਹੀਂ ਚੱਲਦਾ ਹੈਗਾ ਇਹਨੂੰ ਸਮਝਦਾਰ ਬਣਾਓ ਇਹਨੂੰ 10ਵੀਂ 11ਵੀਂ ਕਲਾਸ ਚ ਹੋ ਗਈ ਹੈ ਦੀਦੀ ਅੱਜ ਗੁੱਸੇ ਵਾਲੀ ਕੋਈ ਗੱਲ ਨਹੀਂ ਆ ਇਹਨੇ ਵੀ ਬਗਾਨੇ ਘਰ ਜਾਣਾ ਵਾ ਉੱਥੇ ਥੋੜਾ ਇਹੋ ਜਿਹੇ ਦੇ ਨਖਰੇ ਚੱਲਣੇ ਆ ਅਸੀਂ ਤੇ ਇਹਦੇ ਨਖਰੇ ਚੱਲ ਲੈਨੇ ਆ ਉਹਨਾਂ ਲੋਕਾਂ ਨੂੰ ਥੋੜਾ ਚੱਲਣੇ ਇਹਦੇ ਨਖਰੇ ਮੈਂ ਪਹਿਲਾਂ ਵੀ ਬੜੀ ਵਾਰ ਵੇਖਿਆ ਅੱਜ ਦਾ ਇਹਦਾ ਕੰਮ ਨਹੀਂ ਹੈਗਾ ਚੱਲ ਪਹਿਰਾਵੇ ਦੀ ਤੇ ਗੱਲ ਅਲੱਗ ਵਾ ਹੈ ਇਹ ਕੋਈ ਮਿਲ ਘਰ ਹੁੰਦਾ ਵਾ ਉਹਨੂੰ ਮਿਲਦੀ ਨਹੀਂ ਹੈਗੀ ਇਹ ਹੈ ਕੋਈ ਫੋਨ ਵਰਤ ਲੈ ਫੋਨ ਛੁੱਟ ਕੇ ਮਾਰਦੀ ਸਾਈਡ ਤੇ ਕੱਪੜੇ ਨਹੀਂ ਆਪਣੇ ਧੋਣ ਦਿੰਦੀ ਕਿਸੇ ਨਾਲ ਇਹੋ ਜਿਹੇ ਕਾਹਦੇ ਕੰਮ ਹੋਏ ਕੀ ਰੱਬ ਵੇਲਾ ਤੇਰੀਆਂ ਗਲਤੀਆਂ ਕਾਰਨ ਮੈਨੂੰ ਗੱਲਾਂ ਸੁਣਨੀਆਂ ਪੈਣ ਡੀਆਂ ਤੇ ਤੂੰ ਅਜੇ ਵੀ ਸੁਣ ਮੰਮੀ ਗੱਲਾਂ ਨਹੀਂ ਸੁਣਾਉਂਦੇ ਤੁਹਾਨੂੰ ਆਪਾਂ ਸਮਝਾਉਣ ਦੇ ਆ ਠੀਕ ਜੇ ਨਾ ਇਹਨੂੰ ਸਮਝਾਇਆ ਕਰੋ ਇਹ ਸਾਡੀ ਕੁਝ ਨਹੀਂ ਮੰਨਦੀ ਕੋਈ ਨਹੀਂ ਕੀ ਹੋ ਗਿਆ ਇਹ ਕੁਝ ਨਹੀਂ ਹੋਇਆ ਆਪਾਂ ਸਮਝਾਉਣ ਦੇ ਆ ਨਾ ਠੀਕ ਆ ਨਾ ਮੇਰੀ ਭੈਣ ਨਾਲ ਸਮਝਾਉਣ ਦੇ ਆ ਨਾ ਮੇਰੀ ਵੀ ਭੈਣ ਯਾਰ ਤੇ ਤੇਰੀ ਵੀ ਆ ਮੇਰੀ ਵੀ ਆ ਪਰ ਤੂੰ ਚੁੱਪ ਕਰ ਆਪਾਂ ਸਮਝਾਉਣ ਦੇ ਆ ਪੂਰੀ ਸਾਈਡ ਨਾਲ ਲਿਆ ਕਰ ਹਮੇਸ਼ਾ ਮੈਂ ਉਹ ਕੁਝ ਰਹਿ ਗਿਆ ਸੁਣਨ ਵਾਲਾ ਵਾਹ ਯਾਰ ਤੁਸੀਂ ਵੀ ਇਹਦੇ ਵਿੱਚ ਕੀ ਦੱਸ ਇਦਾਂ ਥੋੜੀ ਹੁੰਦਾ ਤੇ ਭੈਣ ਦੇ ਦੱਸ ਉਹਦੀ ਨਹੀਂ ਭੈਣ ਹੈਗੀ ਭੈਣ ਤੇ ਉਹਦੀ ਵੀ ਆ ਤੇ ਦੱਸ ਸਮਝਾਉਣ ਦੇ ਆ ਆਪਾਂ ਜਦੋਂ ਸਮਝਾਉਂਦੇ ਦਾ ਕੀ ਕੰਮ ਵਿੱਚ ਬੋਲਣ ਦਾ ਤੇ ਉਹਦੀ ਵੀ ਭੈਣ ਆ ਉਹਨੇ ਵੀ ਸਮਝਾਉਣਾ ਆ ਚੱਲ ਠੀਕ ਆ ਪ੍ਰਭ ਵੇਖ ਲਾ ਹੁਣ ਤੇਰੇ ਕਾਰਨ ਸਾਰਾ ਕੁਝ ਗੱਲਾਂ ਸੁਣਨੀਆਂ ਪੈਣ ਡਿਆ ਇੱਕ ਦੂਜੇ ਕੋਲ ਤੇ ਤੇਰੇ ਕਾਰਨ ਇਹੋ ਜਿਹੀ ਗਲਤੀਆਂ ਨਾ ਕਰਿਆ ਵਾ ਠੀਕ ਆ ਨਾ ਸੌਰੀ ਮੈਂ ਅੱਗੇ ਤੋਂ ਨਹੀਂ ਇਦਾਂ ਕੁਝ ਵੀ ਕਰਦੀ ਹੈਗੀ ਸੌਰੀ ਦੀ ਨਹੀਂ ਗੱਲ ਹੁੰਦੀ ਪਰ ਗੱਲਾਂ ਸੁਣਨੀਆਂ ਪੈਂਦੀਆਂ ਨੇ ਇੱਕ ਦੂਜੇ ਕੋਲ ਸੋ ਆਪਣੇ ਆਪ ਨੂੰ ਸੁਧਾਰ ਮੇਰੀ ਭੈਣ ਠੀਕ ਆ ਨਾ ਰਿਕਵੈਸਟ ਕਰਦਾ ਤੇਰੇ ਅੱਗੇ ਮੈਂ ਠੀਕ ਆ ਮੰਮੀ ਨੂੰ ਸਮਝਾਇਆ ਹਾਂ ਤੋਣਾ ਇਦਾਂ ਕਰੇ ਠੀਕ ਆ ਚਲੋ ਠੀਕ ਆ ਤੇ ਹੁਣ